ਮਿੱਤਰੋ ਹਾਂਜੀ ਮਿੱਤਰੋ ਹਾਂਜੀ ਕੀ ਹਾਲ ਚਾਲ ਨੇ ਜੀ ਵੈਲਕਮ ਬੈਕ ਲੈ ਕੇ ਜੀ ਤੁਹਾਡੀ ਇੱਕ ਹੋਰ ਵੀਡੀਓ ਅੱਜ ਹੈਗਾ 7ਵਾਂ ਦਿਨ ਫੈਟ ਲੋਸ ਦਾ ਡੇ ਸੀਰੀਜ਼ ਦਾ ਪਿੱਛੇ ਤੁਸੀਂ ਦੇਖ ਸਕਦੇ ਹੋ ਮੇਰੇ ਯਾਰ ਮਿੱਤਰ ਕਰੀਦੀਪ ਸਿੰਘ ਗਿੱਲ ਇਹਨਾਂ ਜਿੰਮ ਲਾਉਣਾ ਅੱਜ ਅਤੇ ਵੇਟ ਚੈੱਕ ਕਰਨ ਲੱਗਾ ਮੈਂ ਅਤੇ ਵੇਟ ਚੈੱਕ ਕਰਦਾ ਮੈਂ ਵਲੋਗ ਕਰਦਾ ਹੁੰਦਾ ਦੇਖ ਲਓ ਵੀ ਕਿੰਨਾ ਭਾਰ ਹੈ ਅੱਜ ਯਾਰ ਇੱਕ ਮਸ਼ੀਨ ਜੀ ਨਹੀਂ ਚੱਲਦੀ ਮਸ਼ੀਨ ਸੈੱਟ ਕਰਦੀ ਪਹਿਲਾਂ ਲਓ ਜੀ ਭਾਰ ਦੇਖ ਲਓ ਵੀ ਆਪਣਾ ਹੋ ਗਿਆ ਅੱਜ 199 ਪਾਊਂਡਸ 199 ਪਾਊਂਡ ਯਾ ਗੋਲਡ ਦਾ ਪੈਨ ਇਹ ਉੱਚੀਆਂ ਨੇ ਗੱਲਾਂ ਤੇਰੇ ਯਾਰ ਬਸ ਠੀਕ ਹੁਣ ਆਪਾਂ ਇੱਥੇ ਰਜਿਸਟਰੀ ਮੇਰੀ ਗੱਡੀ ਦੀ ਪਲੇਟ ਐਕਸਪਾਇਰ ਹੋ ਗਈ ਆ ਅਤੇ ਉਹਦੇ ਬਾਰੇ ਮੈਂ ਚਾਹੁੰਦਾ ਸੀਗਾ ਕਿ ਇਨਫੋਰਮੇਸ਼ਨ ਦੇ ਦਾ ਨਾਲੇ ਇਹਦੀ ਪਲੇਟ ਦਾ ਰੀਨਿਊ ਕਰਾਉਣਾ ਸੀ ਹੈ ਨਾ ਤੁਸੀਂ ਦੇਖ ਸਕਦੇ ਹੋ ਨੰਬਰ ਪਲੇਟ ਪਤਾ ਨਹੀਂ ਮੈਨੂੰ ਦਿਖਾਉਣੀ ਤੁਹਾਨੂੰ ਦਿਖਾਈ ਦਿੰਦੇ ਇੱਥੇ ਕਿਹੜਾ ਅਸੀਂ ਦੇਖ ਲਓ ਜਿਹੜਾ ਸਟਿੱਕਰ ਹੁੰਦਾ ਵਾ ਅਕਤੂਬਰ ਮਹੀਨੇ ਦਾ ਆ 19ਵੇਂ ਅਤੇ ਮੈਨੂੰ ਯਾਦ ਨਹੀਂ ਸੀ ਕਿ ਮੇਰੀ ਪਲੇਟ ਐਕਸਪਾਇਰ ਹੋਣ ਵਾਲੀ ਆ ਸੋ ਲੱਕੀ ਰਿਹਾ ਹੁਣ ਤੱਕ ਕਿਸੇ ਨੇ ਪੋਲ ਓਵਰ ਨਹੀਂ ਕੀਤਾ ਹੁਣ ਮੈਂ ਕਰਨ ਲੱਗਾ ਇੱਥੇ ਰਜਿਸਟਰੀ ਚੱਲਿਆ ਪੇਪਰ ਵਰਕ ਜਾ ਕੇ ਮਤਲਬ ਕਿ ਪੁਲਿਸ ਵਾਲਿਆਂ ਨੇ ਰੋਕਿਆ ਨਹੀਂ ਕਿਉਂਕਿ ਇੱਥੇ ਰੁਕਣਾ ਪੈਂਦਾ ਅੱਛਾ ਯਾਰ ਇੱਥੇ ਰਜਿਸਟਰੀ ਚੱਲਿਆ ਹੁਣ ਮੈਂ ਅਤੇ ਉੱਥੋਂ ਪਲੇਟ ਰੀਨਿਊ ਕਰਾਉਣੀ ਆ ਸੋ ਪਲੇਟ ਰੀਨਿਊ ਕਰਨ ਦਾ ਇੱਦਾਂ ਹੁੰਦਾ ਵੀ ਜੇ ਤੁਸੀਂ ਗੱਡੀ ਬਾਏ ਕਰਦੇ ਜਿੱਦਾਂ ਮੈਂ ਗੱਡੀ ਜੇ ਤੁਸੀਂ ਬਾਏ ਵੀ ਕਰਦੇ ਉਦੋਂ ਵੀ ਤੁਹਾਨੂੰ 1 ਸਾਲ ਦੀ ਪਲੇਟ ਮਿਲਦੀ ਆ ਅਤੇ ਉਹਦੀ ਤੁਸੀਂ ਇੰਸ਼ੋਰੈਂਸ ਬਾਏ ਕਰਕੇ ਇੰਸ਼ੋਰੈਂਸ ਪੋਲਿਸੀ ਰਖਵਾ ਕੇ ਗੱਡੀ ਦੀ ਫਿਰ ਉਹਦੀ ਇੰਸ਼ੋਰੈਂਸ ਪੋਲਿਸੀ ਦੀ ਇੱਕ ਕਾਪੀ ਰਜਿਸਟਰੀ ਵਾਲਿਆਂ ਨੂੰ ਦਿਖਾ ਦੇਣੀ ਹੁੰਦੀ ਆ ਅਤੇ ਉਸ ਤੋਂ ਬਾਅਦ ਉਹ ਸਾਨੂੰ ਉਹਦੀ ਪਲੇਟ ਜਿਹੜੀ ਉਹ ਇਸ਼ੂ ਕਰ ਦਿੰਦੇ ਆ ਇੱਧਰ ਹੈਗਾ ਰਜਿਸਟਰੀ ਆਫਿਸ ਰਜਿਸਟਰੀ ਆਫਿਸ ਜਿੱਥੇ ਕੰਮ ਹੁੰਦੇ ਸਾਰੇ ਗੱਡੀਆਂ ਇੱਥੇ ਲਾਇਸੈਂਸਿੰਗ ਵਗੈਰਾ ਹੁੰਦੀ ਹੈ ਲਾਇਸੈਂਸ ਦਾ ਜੋ ਟੈਸਟ ਦਿੰਦੇ ਹੋ ਗੱਡੀ ਦਾ ਟਰੱਕ ਦਾ ਕਣ ਜਿਹਦਾ ਮਰਜ਼ੀ ਅਤੇ ਲਾਈਨ ਬਹੁਤ ਵੱਡੀ ਲੰਬੀ ਹੈ ਲੱਗੀ ਯਾਰ ਅਤੇ ਰੱਬ ਲਾ ਜਿੱਥੇ ਖੜਨਾ ਪੈਣਾ ਗੱਡੀ ਰਜਿਸਟਰੀ 'ਚ ਖੜਾ ਹੈ ਮੁੰਡਾ ਰਜਿਸਟਰੀ ਦੀ ਲਾਈਨ ਅਤੇ ਰਜਿਸਟਰੀ ਦੇ ਵੱਖਰੇ ਵੱਖਰੇ ਕਾਊਂਟਰ ਜਿੱਥੇ ਵੱਖਰੇ ਵੱਖਰੇ ਸਦੱਸਿਆ ਦਾ ਮੈਨੂੰ ਮਤਲਬ ਨਹੀਂ ਪਤਾ ਕੀ ਹੁੰਦਾ ਲਓ ਜੀ ਆਪਾਂ ਨੂੰ ਸਟਿੱਕਰ ਮਿਲ ਗਿਆ 2020 ਦਾ ਅਗਰ ਇਹ ਕੈਮਰਾ ਹੋਲਡ ਕਰੀ ਮੈਂ ਸਟਿੱਕਰ ਲਾਵਾਂ ਹਾਲੇ ਗੱਲ ਕਰੀ ਹੋ ਇਹਨੂੰ ਪਹਿਲਾਂ ਕਰੀਦਾ ਪੀਲ ਖੜ ਜਾ ਮਜ਼ਾਕ ਨਾ ਕਰ ਇਹਨੂੰ ਸਾਫ਼ ਕਰ ਲਈ ਉੱਧਰ ਲਾ ਦੇ ਉੱਧਰ ਲਾ ਦੇ ਇਸ ਦੱਸ ਦੇ ਸਾਲ ਦੀ ਪਲੇਟ ਹੁੰਦੀ ਹੈ ਨਾ ਜਿੱਦਾਂ ਅਕਤੂਬਰ ਮਹੀਨੇ 2019 ਦੀ ਸੀਗੀ ਹੁਣ 2020 ਦੀ ਬਣ ਗਈ ਆਪਣੀ ਕਿਉਂਕਿ ਆਪਾਂ ਅਪਡੇਟ ਕਰ ਲਈ ਹਾਂ ਸੋ ਜਿਹੜੀ ਅਪਡੇਟਿੰਗ ਫੀ ਆ ਕਿੰਨੇ ਜ਼ਿਆਦਾ ਲੱਗੇ ਸਾਡੇ $80 ਸੀਗੇ 80 ਕਿੰਨੇ ਕਿਹੜੀ ਸਮਤੀ ਉੱਧਰ ਲੈ ਹੈਗੇ $80 ਹੀ ਪਰ ਟਿਕਟ ਰੱਖੀ ਪਈ ਆ ਟਿਕਟ ਮਿਲੀ ਇੱਕ ਮੈਨੂੰ ਕਿੰਨੇ 381 ਦੀ ਉਹ ਵੀ ਵੱਖਰੀ ਪੇ ਕੀਤੀ ਆ ਸੋ $465 ਦਾ ਖਰਚਾ ਹੋ ਗਿਆ ਪਲੇਟ ਨੂੰ ਅਪਡੇਟ ਕਰਨ ਦਾ ਹੋ ਜਾਂਦਾ ਧੱਕਾ ਅੱਛਾ ਮੈਂ ਘਰੇ ਆਇਆ ਸੀਗਾ ਅਤੇ ਜਿਹੜੀ ਵਾਲੀ ਨੰਬਰ ਪਲੇਟ ਲੈਣ ਗਿਆ ਸੀਗਾ ਇਹਦੇ ਬਾਰੇ ਮੈਂ ਚਾਹੁੰਦਾ ਥੋੜ੍ਹੀ ਵਧੀ ਹੋਰ ਗੱਲਬਾਤ ਕਰਦਾ ਕਿਉਂਕਿ ਕਈ ਜਣੇ ਮੈਨੂੰ ਪੁੱਛਦੇ ਸੀ ਜਿਹੜੀ ਨੇਮ ਪਲੇਟ ਹੁੰਦੀ ਆ ਨੇਮ ਪਲੇਟ ਕਿਹੜੀ ਹੁੰਦੀ ਜਿਹੜੀ ਗੱਡੀਆਂ ਦੇ ਉੱਤੇ ਤੁਸੀਂ ਦੇਖਦੇ ਹੋ ਕਸਟਮਾਈਜ਼ਡ ਪਲੇਟ ਲਿਖੀ ਹੁੰਦੀ ਕਿਸੇ ਨੇ ਆਪਣਾ ਲਾਸਟ ਨੇਮ ਲਿਖਵਾਇਆ ਹੁੰਦਾ ਵਾ ਜਿਹੜੀ ਨੰਬਰ ਪਲੇਟ ਹੈ ਉਹਦੇ ਉੱਤੇ ਹੀ ਜਾਂ ਕੋਈ ਨੰਬਰ ਮਰਜ਼ੀ ਨਾਲ ਜਾਂ ਕੋਈ ਸ਼ਬਦ ਤੁਸੀਂ ਲਿਖਵਾ ਸਕਦੇ ਹੋ ਜਿੱਦਾਂ ਕਈ ਜਣੇ ਸੰਧੂ ਲਿਖਾਇਆ ਹੁੰਦਾ ਵਾ ਜਿੱਦਾਂ ਬੌਸ ਦੇ ਬੌਸ ਲਿਖਿਆ ਹੁੰਦਾ ਕਿ ਕਹਿੰਦੇ ਬੌਸ ਗਾਣਾ ਨਹੀਂ ਹੈਗਾ ਬੌਸ ਦੇ ਨੰਬਰ ਜਾਂ PBX1 ਮੂਸੇਵਾਲ ਦੀ ਜਿਹੜੀ ਐਲਬਮ ਫੇਮਸ ਮਤਲਬ ਕਿ ਕਹਿਣਾ ਵਾ ਜਿਹੜੀ ਨੇਮ ਪਲੇਟ ਜਾਂ ਕਸਟਮ ਪਲੇਟ ਜਿਹੜੀ ਆ ਲੀਗਲੀ ਉਹ ਕਿੱਦਾਂ ਲੈਂਦੇ ਆ ਸੋ ਉੱਦਾਂ ਜਿੱਦਾਂ ਤੁਸੀਂ ਆਹ ਦੇਖਿਆ ਮੈਨੂੰ ਰਜਿਸਟਰੀ ਗਿਆ ਸੀਗਾ ਮੈਂ ਉੱਥੇ ਜਗ੍ਹਾ ਉਸੇ ਜਗ੍ਹਾ 'ਤੇ ਜਾ ਕੇ ਤੁਸੀਂ ਇਹਦਾ ਕਸਟਮ ਆਰਡਰ ਦੇਣਾ ਹੁੰਦਾ ਆ ਉਹਦੀ ਫੀਸ ਹੁੰਦੀ ਆ ਕਸਟਮ ਪਲੇਟ ਦੀ ਹੁੰਦੀ ਆ $225 ਸੋ $225 ਪੇ ਕਰਕੇ ਤੁਸੀਂ ਕਸਟਮ ਪਲੇਟ ਔਰਡਰ ਕਰ ਸਕਦੇ ਹੋ ਅਤੇ ਉਹਦੇ ਨਾਲ ਤੁਸੀਂ ਕੋਈ $25 ਦੀ ਟ੍ਰਾਂਸਫਰ ਫੀ ਪੇ ਕਰਨੀ ਹੁੰਦੀ ਆ ਅਤੇ ਜੇ ਤੁਸੀਂ ਔਰਡਰ ਕਰਦੇ ਹੋ ਪਲੇਟ ਨੂੰ ਮਹੀਨਾ 4 ਹਫ਼ਤੇ ਜਾਂ 4 ਤੋਂ 6 ਹਫ਼ਤੇ ਜਿਹੜੇ ਦੱਸਦੇ ਆ ਉਹ ਲੱਗਦੇ ਆ ਉਹਦੇ ਪਲੇਟ ਦੇ ਆਉਣ ਦੇ ਫਿਰ ਤੁਸੀਂ ਜਿਹੜੀ ਕਸਟਮ ਪਲੇਟ ਆ ਉਹ ਲਾ ਸਕਦੇ ਹੋ ਆਪਣੀ ਗੱਡੀ ਦੇ ਉੱਤੇ ਸੋ ਕਸਟਮ ਪਲੇਟ ਦਾ ਕੋਈ ਲੰਬਾ ਪ੍ਰੋਸੀਜਰ ਨਹੀਂ ਹੈਗਾ ਬਸ ਜਿੱਦਾਂ ਤੁਸੀਂ ਆਮ ਪਲੇਟ ਲੈਂਦੇ ਜਿੱਦਾਂ ਤੁਸੀਂ ਦੇਖਿਆ ਉੱਥੇ ਜਾ ਕੇ ਲਾਈਨ 'ਚ ਲੱਗਣਾ ਉਹਦੇ ਨਾਲ ਗੱਲ ਕਰਨੀ ਉਹਨੂੰ ਇੰਸ਼ੋਰੈਂਸ ਵਗੈਰਾ ਦਿਖਾ ਕੇ ਜਿੱਦਾਂ ਤੁਸੀਂ ਆਮ ਪਲੇਟ ਲੈਂਦੇ ਉਦੇ ਉਹਨੂੰ ਕਹਿਣਾ ਮੈਂ ਕਸਟਮ ਪਲੇਟ ਬਣਾਉਣਾ ਚਾਹੁੰਦਾ ਉਹਨੇ ਸਰਚ ਕਰ ਲੈਣਾ ਕਿ ਹਾਂ ਕਿਹੜੇ ਕਿਹੜੇ ਨਾਂ ਜਿਹੜੇ ਜਾਂ ਨੰਬਰ ਜਿਹੜੇ ਅਵੇਲੇਬਲ ਆ ਜਾਂ ਕਿੱਦਾਂ ਤੁਸੀਂ ਲਿਖ ਸਕਦੇ ਜਿਹੜਾ ਅਵੇਲੇਬਲ ਆ ਜਿਹੜਾ ਆਲਰੇਡੀ ਕਿਸੇ ਨੇ ਯੂਜ਼ ਨਹੀਂ ਕੀਤਾ ਹੈ ਨਾ ਸੋ ਉਹਨੇ ਆਪਣੇ ਸਿਸਟਮ 'ਚ ਪਾ ਕੇ ਚੈੱਕ ਕਰਕੇ ਤੁਹਾਨੂੰ ਦੱਸ ਦੇਣਾ ਫਿਰ ਤੁਸੀਂ ਆਪਣਾ ਸਿਲੈਕਟ ਕਰਕੇ ਉਹਨੂੰ ਪੇ ਕਰਕੇ ਅਤੇ ਪਲੇਟ ਦਾ ਵੇਟ ਕਰ ਲੈਣੀ ਫਿਰ ਜਿਹੜੀ ਕਸਟਮ ਪਲੇਟ ਆ ਜਾਂਦੀ ਹੈ ਸੋ ਯਾ ਇਹੋ ਸੀਗੀ ਜੀ ਇਹੋ ਸੀਗੀ ਅੱਜ ਦੀ ਵੀਡੀਓ ਗੱਡੀ ਦੀ ਪਲੇਟ ਐਕਸਪਾਇਰ ਹੋ ਗਈ ਉਹਦੇ ਬਾਰੇ ਉਹਦੇ ਕਰਕੇ ਮੈਂ ਚਾਹੁੰਦਾ ਥੋੜ੍ਹੀ ਗੱਡੀ ਦੀ ਪਲੇਟ ਬਾਰੇ ਗੱਲਬਾਤ ਕਰਦਾ ਅਤੇ ਯਾ ਜਿਹੜੀ ਵੀਡੀਓ ਛੋਟੀ ਸੀਗੀ ਅੱਜ ਮੈਂ ਕੁਝ ਖਾਸ ਜ਼ਿਆਦਾ ਕੀਤਾ ਨਹੀਂ ਜਿਹੜੀ ਬਾਕੀ ਦੀ ਵੀਡੀਓ ਆ ਜਾਂ ਬਾਕੀ ਦੀ ਗੱਲਬਾਤ ਆਪਾਂ ਕੱਲ੍ਹ ਨੂੰ ਕਰਾਂਗੇ ਅਤੇ
ਜ਼ਰੂਰ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ।